ਚੈਨਲ ਆਈ ਪੰਜਾਬ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕਲਗੀਧਰ ਪ੍ਰਭਾਤ ਫੇਰੀ ਸੇਵਾ ਦਲ ਅੱਡਾ ਦੇਵੀਗੜ੍ਹ ਵੱਲੋਂ ਸ਼ਹੀਦੀ ਜੋੜ ਮੇਲੇ ਮੌਕੇ 15ਵੀਂ ਪੈਦਲ ਕੀਰਤਨ ਯਾਤਰਾ ਦਾ ਆਰੰਭ ਦੇਵੀਗੜ੍ਹ ਤੋਂ ਕੀਤਾ ਗਿਆ। ਇਸ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਭਾਈ ਦਲੇਰ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਦਾ ਪਹਿਲਾ ਪੜਾਅ ਫੱਗਣ ਮਾਜਰਾ ਵਿਖੇ ਕੀਤਾ ਜਾਵੇਗਾ ਅਤੇ ਅਗਲੇ ਦਿਨ ਇਹ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇਗੀ। ਇਹ ਪੈਦਲ ਯਾਤਰਾ ਕਲਗੀਧਰ ਪ੍ਰਭਾਤ ਫੇਰੀ ਸੇਵਾ ਦਲ ਅੱਡਾ ਦੇਵੀਗੜ੍ਹ ਵੱਲੋਂ 15ਵੀਂ ਪੈਦਲ ਯਾਤਰਾ ਫਤਿਹਗੜ੍ਹ ਸਾਹਿਬ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਸਰਬਸਤਾਨੀ ਪਿਤਾ ਦੇ ਸਾਹਿਬਜ਼ਾਦਿਆਂ ਦੀ ਅਤੇ ਸਮੂਹ ਸ਼ਹੀਦਾਂ ਯਾਦ ਦੇ ਵਿੱਚ 15ਵੀਂ ਪੈਦਲ ਯਾਤਰਾ ਜਾ ਰਹੀ ਹੈ। ਇਹ ਸੋਗਮਈ ਯਾਤਰਾ ਜਾਂਦੀ ਹੈ ਵਾਹਿਗੁਰੂ ਜੀ। ਇੱਥੇ ਫੱਗਣ ਮਾਜਰੇ ਅੱਜ ਦਾ ਰਾਤ ਦਾ ਵਿਸ਼ਰਾਮ ਹੋਵੇਗਾ। ਫਤਿਹਗੜ੍ਹ ਸਾਹਿਬ ਜੋਤੀ ਸਰੂਪ ਦੀ ਬੈਕ ਸਾਈਡ 1 ਨੰਬਰ ਗਲੀ, ਇੱਟਾਂ ਵਾਲੀ ਗਲੀ, ਤੰਬੂ ਸੰਗਤ ਵਾਸਤੇ ਤਿਆਰ ਹੈ, ਜੋ ਕਿ ਪਿਛਲੇ ਐਤਵਾਰ ਤੋਂ ਲੱਗਿਆ ਹੋਇਆ, 1 ਹਫ਼ਤੇ ਤੋਂ। ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਹਾਜ਼ਰੀਆਂ ਭਰੋ। ਬੇਨਤੀ ਇਹੀ ਹੈ ਵਾਰੀ ਵਾਰੀ ਕਿ ਵੱਧ ਚੜ ਕੇ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਵੀਗੜ੍ਹ ਤੋਂ ਰਜਿੰਦਰ ਸਿੰਘ ਮੌਜੀ ਦੀ ਰਿਪੋਰਟ।